ਨਮਸਕਾਰ ਨਵਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ 'ਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਕਰੋਨਾ ਦਾ ਨਮਾ ਸਟ੍ਰੇਨ ਜਿਹੜਾ ਆ ਜਿਆਦਾ ਖਤਰਨਾਕ ਹੁੰਦਾ ਪਿਆ ਦਿਖਾਈ ਦੇ ਰਿਹਾ ਹੈ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਦੇਸ਼ 'ਚ ਇੱਕ ਦਿਨ ਦੇ 47000 ਤੋਂ ਵੱਧ ਜਿਹੜੇ ਕਰੋਨਾ ਪੋਜ਼ਿਟਿਵ ਦੇ ਮਾਮਲੇ ਸਾਹਮਣੇ ਆਏ ਹਨ ਤੇ ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤੇ 275 ਤੋਂ ਵੱਧ ਲੋਕਾਂ ਦੀ ਜਿਹੜੀ ਆ ਇਸ ਬਿਮਾਰੀ ਕਰਕੇ ਜਾਨ ਜਾ ਚੁੱਕੀ ਹੈ ਸਰਕਾਰ ਵੱਲੋਂ ਬਾਰ-ਬਾਰ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਮਾਸਕ ਵੇਅਰ ਕਰਨ ਤੇ ਬਿਨਾਂ ਕਿਸੇ ਕੰਮ ਤੋਂ ਘਰੋਂ ਬਾਹਰ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਪਿਛਲੇ 24 ਘੰਟਿਆਂ 'ਚ ਕਰੋਨਾ ਪੋਜ਼ਿਟਿਵ 2274 ਤੋਂ ਵੀ ਵੱਧ ਜਿਹੜੇ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਇਸ ਦੇ ਨਾਲ ਹੀ 53 ਲੋਕਾਂ ਦੀ ਜਿਹੜੀ ਹੈ ਜਾਨ ਕਰੋਨਾ ਕਰਕੇ ਜਾ ਚੁੱਕੀ ਹੈ ਦੇਸ਼ ਲਈ ਚਿੰਤਾਜਨਕ ਬਣੇ ਇਸ ਕਰੋਨਾ ਦੇ ਨਵੇਂ ਸਟ੍ਰੇਨ ਨੇ ਇੱਕ ਤਰ੍ਹਾਂ ਨਾਲ ਫਿਰ ਤੋਂ ਵਾਪਸ ਲੋਕਡਾਊਨ ਦੇ ਸੰਕੇਤ ਦੇਣੇ ਜਿਹੜੇ ਆ ਸ਼ੁਰੂ ਕਰ ਦਿੱਤੇ ਆ ਦੱਸ ਦਈਏ ਕਿ 2020 ਤੇ ਜਿਹੜਾ ਆ ਕਾਫੀ ਟਾਈਮ ਲੋਕਡਾਊਨ ਲੱਗਾ ਰਿਹਾ ਤੇ ਹਾਲਾਤ ਅੱਜ ਵੀ ਕੁਝ ਇਹੋ ਜਿਹੇ ਹੋ ਗਏ ਆ ਕਿ ਜਿਹੜੇ ਹਾਲਾਤ ਆ ਲੋਕਡਾਊਨ ਨੂੰ ਸੰਕੇਤ ਦੇ ਰਹੇ ਆ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਮੈਡੀਕਲ ਕਾਲਜਸ ਤੋਂ ਇਲਾਵਾ ਬਾਕੀ ਸਾਰੇ ਵਿਦਿਅਕ ادارے ਜਿਵੇਂ ਸਕੂਲ ਹੋਗੇ ਕਾਲਜਸ ਹੋਗੇ ਸਾਰੇ ਜਿਹੜੇ ਆ ਬੰਦ ਰੱਖਣ ਦੇ ਨਿਰਦੇਸ਼ ਆ ਜਿਹੜੇ ਜਾਰੀ ਕੀਤੇ ਗਏ ਆ ਸੋਸ਼ਲ ਡਿਸਟੈਂਸਿੰਗ ਤੇ ਤਹਿਤ ਵਿਆਸ ਮਾਗਮਾ ਵਿੱਚ ਵੀ 20 ਬੰਦਿਆਂ ਦੀ ਇਜਾਜ਼ਤ ਦਾ ਜਿਹੜੀ ਉਹ ਮਨਜ਼ੂਰੀ ਆ ਜਿਹੜੀ ਉਹ ਦਿੱਤੀ ਗਈ ਹੈ ਪੁਲਿਸ ਵੱਲੋਂ ਵੀ ਸਖਤਾਈ ਵਧਾਈ ਗਈ ਹੈ ਤੇ ਪਬਲਿਕ ਪਲੇਸਸ ਤੇ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਵੇਅਰ ਕੀਤਾ ਉਹਨਾਂ ਦੇ ਵੀ ਮੌਕੇ ਤੇ ਹੀ ਕਰੋਨਾ ਟੈਸਟ ਆ ਜਿਹੜੇ ਕਰਵਾਏ ਜਾ ਰਹੇ ਨੇ ਇਸੇ ਦੇ ਤਹਿਤ ਫਗਵਾੜਾ ਵਿਖੇ ਵੀ ਐਸਐਮਓ ਕਮਲ ਕਿਸ਼ੋਰ ਦੇ ਨਿਰਦੇਸ਼ਾਂ ਦੇ ਤਹਿਤ ਮੈਡੀਕਲ ਉਹਨਾਂ ਦੀ ਮੈਡੀਕਲ ਟੀਮ ਵੱਲੋਂ ਬੱਸ ਸਟੈਂਡ ਫਗਵਾੜਾ ਵਿਖੇ ਵੀ ਜਿਹੜੇ ਲੋਕਾਂ ਦੇ ਆ ਕਰੋਨਾ ਟੈਸਟ ਕੀਤੇ ਗਏ ਆ 50 ਤੋਂ ਜ਼ਿਆਦਾ ਜਿਹੜੇ ਲੋਕਾਂ ਦੇ ਕਰੋਨਾ ਟੈਸਟ ਮੌਕੇ ਤੇ ਹੀ ਕੀਤੇ ਗਏ ਆ ਦੱਸ ਦਈਏ ਕਿ ਕਰੋਨਾ ਦੇ ਨਵੇਂ ਸਟ੍ਰੇਨ ਨੇ ਦੇਸ਼ 'ਚ ਦਸਤਕ ਦੇ ਦਿੱਤੀ ਹੈ ਲਾਤਾਂ ਨੂੰ ਸੰਭਾਲਣਾ ਥੋੜਾ ਮੁਸ਼ਕਿਲ ਹੁੰਦਾ ਪਿਆ ਸਰਕਾਰ ਦੇ ਲਈ ਵੀ ਦਿਖਾਈ ਦੇ ਰਿਹਾ ਹੈ ਦਿੱਲੀ ਸਰਕਾਰ ਵੱਲੋਂ ਹੋਲੀ ਨੂੰ ਹੋਲੀ ਦੇ ਮੱਦੇਨਜ਼ਰ ਪਬਲਿਕ ਪਲੇਸਿਸ ਤੇ ਜਿਹੜੀ ਆ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਹੋਲੀ ਪਬਲਿਕ ਪਲੇਸਿਸ ਤੇ ਨਹੀਂ ਮਨਾ ਮਨਾਣ ਦਿੱਤੀ ਜਾਵੇਗੀ ਦਿੱਲੀ ਸਰਕਾਰ ਵੱਲੋਂ ਦਿੱਲੀ ਪੁਲਿਸ ਵੱਲੋਂ ਇਹ ਬਹੁਤ ਜ਼ਿਆਦਾ ਸਖਤੀ ਜਿਹੜੀ ਆ ਕਰੋਨਾ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਕੈਬਨਿਟ ਮੰਤਰੀ ਪ੍ਰਕਾਸ਼ ਜਾਵੀਦਕਰ ਵੱਲੋਂ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ ਹੈ ਕਿ 1 ਅਪ੍ਰੈਲ ਤੋਂ ਜਿਨ੍ਹਾਂ ਦੀ ਉਮਰ 45 ਸਾਲ ਹੈ ਜਾਂ 45 ਸਾਲ ਤੋਂ ਵੱਧ ਦੇ ਨੇ ਉਹਨਾਂ ਨੂੰ ਚਾਹੇ ਕੋਈ ਬਿਮਾਰੀ ਹੋਵੇ ਚਾਹੇ ਨਾ ਹੋਵੇ ਪਰ ਫੇਰ ਵੀ ਜਿਹੜੀ ਕੋਰੋਨਾ ਵੈਕਸੀਨ ਲਗਾਉਣੀ ਲਾਜ਼ਮੀ ਹੋਵੇਗੀ ਤਾਂ ਦੱਸ ਦਈਏ ਕਿ ਇਹ ਕੈਬਨਿਟ ਮੰਤਰੀ ਵੱਲੋਂ ਵੱਡਾ ਫੈਸਲਾ ਜਿਹੜਾ ਆ ਕੋਰੋਨਾ ਦੇ ਮੱਦੇਨਜ਼ਰ ਲਿਆ ਗਿਆ ਆ ਕਿਉਂਕਿ ਜਿਹੜੇ ਹਾਲਾਤ ਆ ਉਹ ਦਿਨ-ਪਰ-ਦਿਨ ਬੱਤਰ ਹੋ ਰਹੇ ਜਾ ਰਹੇ ਨੇ ਕੋਰੋਨਾ ਆਪਣੇ ਫੇਰ ਤੋਂ ਪੈਰ ਪਸਾਨ ਨੇ ਸ਼ੁਰੂ ਕਰ ਰਿਹਾ ਹੈ ਜੇਕਰ ਗੱਲ ਕਰੀਏ 2020 ਦੀ ਜਦੋਂ ਇਸ ਬਿਮਾਰੀ ਨੇ ਸਾਡੇ ਦੇਸ਼ 'ਚ ਦਸਤਕ ਦਿੱਤੀ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕੀਮਤੀ ਜਵਾਨਾਂ ਗਵਾ ਲੀਆਂ ਸਨ ਇਸ ਨੂੰ ਕੰਟਰੋਲ ਕਰਨ ਲਈ ਫਿਰ ਲਾਕਡਾਊਨ ਦਾ ਜਿਹੜਾ ਦਵਾਰਾ ਉਹ ਸ਼ੁਰੂ ਹੋਇਆ ਸੀ ਲੋਕਾਂ ਨੂੰ ਆਪਣੀ ਹੀ ਘਰਾਂ ਦੇ ਅੰਦਰ ਰਹਿਣ ਲਈ ਇਸ ਬਿਮਾਰੀ ਨੇ ਇਸ ਹੱਦ ਤੱਕ ਮਜਬੂਰ ਕਰ ਦਿੱਤਾ ਸੀ ਇਸ ਦੇ ਨਾਲ ਹੀ ਕਈਆਂ ਨੇ ਆਪਣੀਆਂ ਨੌਕਰੀਆਂ ਗਵਾਲੀਆਂ ਕਈਆਂ ਦੇ ਕਾਮਕਾਰ ਜਿਹੜੇ ਜਿਹੜੇ ਠੱਪ ਹੋ ਗਏ ਸੀ ਤੇ ਅਰਥ ਵਿਵਸਥਾ ਤੇ ਵੀ ਜੇਕਰ ਦੇਸ਼ ਦੀ ਗੱਲ ਕਰੀਏ ਤੇ ਅਰਥ ਵਿਵਸਥਾ ਤੇ ਵੀ ਜਿਹੜਾ ਬਹੁਤ ਜ਼ਿਆਦਾ ਇਫੈਕਟ ਹੋਇਆ ਸੀ ਪਰ ਕਾਫੀ ਲੰਮਾ ਚੱਲਿਆ ਇਹ ਲਾਕਡਾਊਨ ਹੌਲੀ ਹੌਲੀ ਖੁੱਲਣਾ ਸ਼ੁਰੂ ਹੋਇਆ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਥੋੜੀ ਥੋੜੀ ਜਿਹੜੀ ਇਸ ਲਾਕਡਾਊਨ ਚ ਸਰਕਾਰ ਵੱਲੋਂ ਢਿੱਲ ਦਿੱਤੀ ਦੇਣੀ ਸ਼ੁਰੂ ਕੀਤੀ ਗਈ ਕਾਰੋਬਾਰ ਚੱਲਣ ਲੱਗੇ ਲੋਕਾਂ ਨੂੰ ਬਾਹਰ ਘਰਾਂ ਤੋਂ ਬਾਹਰ ਨਿਕਲਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਟਰਾਂਸਪੋਰਟੇਸ਼ਨ ਜਿਹੜੀ ਬੰਦ ਕਰ ਦਿੱਤੀ ਗਈ ਸੀ ਉਹਨਾਂ ਉਹਨੂੰ ਵੀ ਹੌਲੀ-ਹੌਲੀ ਜਿਹੜਾ ਚਾਲੂ ਕਰ ਦਿੱਤਾ ਗਿਆ ਸੀ ਪਰ ਇੰਨਾ ਔਖਾ ਸਮਾਂ ਕੱਟਣ ਦੇ ਬਾਵਜੂਦ ਥੋੜਾ ਸਕੂਨ ਮਿਲਿਆ ਸੀ ਪਰ ਮੋੜ ਤੋਂ ਇਸ ਕਰੋਨਾ ਨੇ 2021 ਚ ਆਪਣੀ ਦਸਤਕ ਦੇ ਦਿੱਤੀ ਇੱਕ ਨਵੇਂ ਸਟ੍ਰੇਨ ਦੇ ਨਾਲ ਦੱਸਿਆ ਜਾ ਰਿਹਾ ਕਿ ਨਵਾਂ ਸਟ੍ਰੇਨ ਜੋ ਜਿਹੜਾ 2020 ਚ ਕਰੋਨਾ ਸੀ ਉਸ ਤੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਲਗਾਤਾਰ ਜਿਹੜੇ ਆ ਕੇਸਿਸ ਸਾਹਮਣੇ ਆ ਰਹੇ ਪੋਜ਼ਿਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਜਿਹੜੀ ਇਹਨੂੰ ਠੱਲ ਪੈਂਦੀ ਹੋਈ ਨਹੀਂ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੇ ਅਸੀਂ ਆਪਣੀ ਪદ્ધਤ ਇਹ ਅਸੀਂ ਅੱਜ ਆਮ ਜਨਤਾ ਦੀ ਗੱਲ ਕਰੀਏ ਆਪਣੇ ਪੱਧਰ ਤੇ ਅਸੀਂ ਇਸ ਚੀਜ਼ ਨੂੰ ਸੁਰੱਖਿਆ ਨੂੰ ਆਪਣੀ ਨੂੰ ਨਹੀਂ ਯਕੀਨੀ ਬਣਾ ਰਹੇ ਇਹਦੇ ਨਾਲ ਹੀ ਜਿਹੜੀ ਅਰਥ ਵਿਵਸਥਾ ਹੈ ਉਹ ਤੇ ਵੀ ਬਹੁਤ ਜ਼ਿਆਦਾ ਅਸਰ ਪਿਆ ਸੀਗਾ ਜਿਹੜੇ ਬੱਚਿਆਂ ਆ ਉਹਨਾਂ ਦੀ ਵੀ ਜੇਕਰ ਗੱਲ ਕੀਤੀ ਜਾਈਏ ਬੱਚਿਆਂ ਦੀਆਂ ਜਿਹੜੀਆਂ ਪੜਾਈਆਂ ਸੀ ਉਹ ਬੰਦ ਹੋ ਗਈਆਂ ਸਕੂਲ ਕਾਲਜਸ ਬੰਦ ਹੋ ਗਏ ਸੀ ਸਾਰੀਆਂ ਜਿਹੜੀਆਂ ਬੱਚੇ ਵੀ ਸਟੱਡੀ ਜਿਹੜੀ ਆ ਔਨਲਾਈਨ ਕਰਦੇ ਦਿਖਾਈ ਦੇ ਰਹੇ ਸੀ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਵੀ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਜਿਹੋ ਜਿਹੇ ਆ ਦੇਸ਼ ਦਾ ਹਾਲਾਤ ਹੋ ਰਿਹਾ ਹੈ ਕਰੋਨਾ ਦੇ ਪੋਜ਼ਿਟਿਵ ਕੇਸਾਂ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਜਿਹੜੇ ਇਹ ਜਿਹੜੇ ਹਾਲਾਤ ਆ ਕਿਤੇ ਨਾ ਕਿਤੇ ਲੋਕਡਾਊਨ ਨੂੰ ਸੱਦਾ ਤਾਂ ਨਹੀਂ ਦੇ ਰਹੇ ਜਿਹੋ ਜਿਹੇ ਲੋਕੀ ਆਪਣੀ ਸੁਰੱਖਿਆ ਦਾ ਖਿਆਲ ਨਹੀਂ ਰੱਖਦੇ ਤੇ ਆਪਣੀ ਸੁਰੱਖਿਆ ਨੂੰ ਯਕੀਨੀ ਨਾ ਬਣਾ ਕੇ ਹਮੇਸ਼ਾ ਸਰਕਾਰ ਨੂੰ ਕੋਸਦੇ ਰਹਿੰਦੇ ਨੇ ਸਰਕਾਰ ਦਾ ਕੰਮ ਜਨਤਾ ਦੀ ਸੁਰੱਖਿਆ ਨੂੰ ਬੇਸ਼ੱਕ ਯਕੀਨੀ ਬਣਾਉਣਾ ਹੈ ਪਰ ਸਾਡਾ ਆਪਣਾ ਕਿਤੇ ਨਾ ਕਿਤੇ ਫਰਜ਼ ਬੰਦਾ ਹੈ ਕਿ ਅਸੀਂ ਵੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਕਰੋਨਾ ਦੀਆਂ ਹਦਾਇਤਾਂ ਉਹਦਾ ਪਾਲਣਾ ਕਰੀਏ ਆਪਣਾ ਖਿਆਲ ਆ ਜਿਹੜਾ ਆਪ ਰੱਖੀਏ ਕਿਉਂਕਿ ਅਸੀਂ ਸੁਰੱਖਿਆ ਤੇ ਸਾਡਾ ਜੇਕਰ ਅਸੀਂ ਸੁਰੱਖਿਅਤ ਹੋਵਾਂਗੇ ਤਾਂ ਸਾਡਾ ਪਰਿਵਾਰ ਵੀ ਸੁਰੱਖਿਅਤ ਹੋਵੇਗਾ ਤੇ ਦੇਸ਼ ਵੀ ਜਿਹੜਾ ਸੁਰੱਖਿਅਤ ਰਹੇਗਾ ਕਈ ਵਾਰ ਇਹ ਜਿਹੜਾ ਦੇਖਿਆ ਗਿਆ ਹੈ ਕਿ ਅਗਰ ਕੋਈ ਪੁਲਿਸ ਵੱਲੋਂ ਮਾਸਕ ਨਾ ਵੇਅਰ ਕਰਨ ਤੇ ਜਾਂ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਸਾਡਾ ਚਲਾਨ ਕਰ ਦਿੱਤਾ ਜਾਂਦਾ ਹੈ ਤੇ ਜਨਤਾ ਚਲਾਨ ਪੇ ਕਰ ਦਿੰਦੀ ਹੈ ਪਰ ਬਾਵਜੂਦ ਇਹ ਸਮਝਣ ਦੇ ਕਿ ਸਖਤਾਈ ਕਿਸ ਗੱਲੋਂ ਕੀਤੀ ਗਈ ਹੈ ਉਹ ਵੀ ਸਾਡੀ ਭਲਾਈ ਲਈ ਹੈ ਜਿਹੜੀ ਸੁਰੱਖਿਆ ਆ ਇਹ ਸਾਡੇ ਲਈ ਹੀ ਕੀਤੀ ਗਈ ਹੈ ਨਵਰੰਗ ਟੀਵੀ ਵੀ بار بار ਆਪਣੇ ਸਾਰੇ ਦਰਸ਼ਕਾਂ ਨੂੰ ਇਹੀ ਅਪੀਲ ਕਰ ਰਿਹਾ ਹੈ ਕਿ ਆਪਣਾ ਖਿਆਲ ਰੱਖੋ ਮਾਸਕ ਵੇਅਰ ਕਰੋ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ بار بار ਹੱਥ ਜਿਹੜੇ بار بار ਹੈਂਡ ਸੈਨੀਟਾਈਜ਼ ਕਰੋ ਕੋਰੋਨਾ ਹਦਾਇਤਾਂ ਨੂੰ ਫੋਲੋ ਕਰੋ ਕੋਰੋਨਾ ਅਪਡੇਟਸ ਜੋ ਫਿਲਹਾਲ ਇੰਨਾ ਹੀ ਹੋਰ ਅਪਡੇਟਸ ਦੇ ਨਾਲ ਤੁਹਾਡੇ ਨਾਲ ਜੁੜਦੇ ਰਹਾਂਗੇ ਤਦ ਤੱਕ ਲਈ ਧੰਨਵਾਦ